ਸਤਿਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਘਰੇ ਦੀ ਸੈਟਿੰਗ ਕਰਕੇ ਤਰਪਾਲ ਪਾਈ ਆ ਵਧੀਆ, ਚੱਜ ਨਾਲ ਲੱਗੇ ਹੋਏ ਨੇ ਬੰਦੇ, ਮਿੱਟੀ ਦੇ ਥੈਲੇ ਧਰਤੇ ਭਰ ਕੇ ਆਪਾਂ ਪਰਲੀ ਸਾਈਡ, ਅਤੇ ਇੱਧਰਲੇ ਪਾਸੇ ਮਿੱਟੀ ਨਾਲ ਦੱਬਤੀ ਵੀ ਉੜੇ ਨਾ। ਮੌਸਮ ਆ ਖਰਾਬ, ਬੱਦਲ ਉੱਪਰ ਪੂਰਾ ਹੋਇਆ ਹੋਇਆ, ਰਾਤ ਦੀ ਕਿਣਮਣ ਕਿਣਮਣ ਹੋਈ ਜਾਂਦੀ ਆ। ਬਾਕੀ ਲੱਗੇ ਹੋਏ ਨੇ ਬੰਦੇ ਕੰਮ ਕਰਨ, ਅਤੇ ਗੰਨੇ ਦੀ ਟਰਾਲੀ ਆਪਾਂ ਮਿੱਲ 'ਚ ਲਾਇਆ ਇਹਦੀ, ਅਤੇ ਗਾਹਾਂ ਪਰਚੀ ਆਊਗੀ ਫਿਰ ਬੰਦੇ ਲਾਵਾਂਗੇ ਵੱਢਣ। ਅਤੇ ਅੱਜ ਦੀ ਉਹ ਪਰਚੀ ਦੀ ਸਵੇਰੇ ਖੜਾ ਕੇ ਆਏ ਨੇ, ਅਤੇ ਚੱਲਦਾ ਕੰਮ ਕਾਰ ਵਧੀਆ। ਚਲੋ ਧਰ ਦਿਓ, ਬਾਕੀ ਇੱਦਾਂ ਆਪਾਂ ਥੈਲੇ ਧਰਤੇ ਮਿੱਟੀ ਦੇ ਭਰ ਕੇ ਵੀ ਜਿਹੜਾ ਉੜੇ ਨਾ ਤਰਪਾਲ, ਅਤੇ ਬਾਕੀ ਆ ਸਾਈਡਾਂ ਦੇ ਵੀ ਮਿੱਟੀ ਪਾਉਂਦੇ ਆ ਤਰਪਾਲ ਦੇ। ਬਾਕੀ ਹਲੇ ਪਰਾਲੀ ਧਰਨ ਤੋਂ ਰਹਿੰਦੀ ਆ, ਪਰਾਲੀ ਨਾਲ ਢਕਾਂਗੇ ਥੋੜ੍ਹਾ ਜਿਹਾ ਮੌਸਮ ਸਾਫ਼ ਹੋਵੇ, ਅਤੇ ਮਾਲ ਹਲੇ ਹੋਰ ਆਉਣਾ, ਆਲੂ ਗਰਾ ਉਹ ਸਿਰੇ ਤੱਕ ਵਗ ਜਾਣਾ, ਇਸੇ ਕਰਕੇ ਹਲੇ ਆਪਾਂ ਪਰਾਲੀ ਨਹੀਂ ਲਾਈ, ਗਰਾ ਫਾਈਨਲ ਕਰਕੇ ਫਿਰ ਪਰਾਲੀ ਨਾਲ ਚੰਗੀ ਤਰ੍ਹਾਂ ਢੱਕ ਦਾਂਗੇ। ਬਾਕੀ ਕਲੇਸ਼ ਸਮਾਰ ਕੇ ਆਲੇ ਦੁਆਲੇ ਨੂੰ ਢੱਕ ਦੀ, ਠੀਕ ਆ, ਬੱਟ ਬੁੱਟ ਲਾ ਦੀ ਇੱਧਰ, ਐ ਪੁੱਤ ਕਹੀ ਮੱਜੂ ਤੇਰੇ। ਚਲਾ ਤਾ ਜੀ ਆਪਾਂ ਕੰਮ ਪਟਾਈ ਦਾ ਮੀਂਹ ਤੋਂ ਬਾਅਦ, ਅਤੇ 2 ਤਰੀਕ ਅੱਜ, ਦੂਜਾ ਮਹੀਨਾ 2024। ਬਾਕੀ ਮੀਂਹ ਕਰਕੇ ਕੰਮ ਰੋਕਿਆ ਹੋਇਆ ਦੀ, ਅੱਜ ਵਧੀਆ ਮੌਸਮ, ਸਵੇਰੇ ਧੁੰਦ ਬਹੁਤ ਜ਼ਿਆਦਾ ਤੀ, ਹੁਣ ਨਿਕਲਿਆ ਸੂਰਜ, ਲੱਗੇ ਹੋਏ ਨੇ ਬੰਦੇ ਚੁਗਣ। LR ਆਲੂ 40 ਤੋਂ ਭਰ ਰਹੇ ਨੇ ਚਾਂਟੀ ਕਰਕੇ, 40 ਵਾਲਾ ਕਹਿਣ ਦਾ ਮਤਲਬ ਹੇਠਾਂ ਛੱਡਦੇ ਨੇ, ਕੋਈ ਕੱਦਾ ਹੀ ਪੈਂਦਾ ਏ ਵਿੱਚ ਜੇ ਪੈ ਜਾਂਦਾ। ਬਾਕੀ ਝਾੜ ਵਧੀਆ ਪੂਰਾ 1 ਨੰਬਰ ਆ, ਥੋੜ੍ਹੀ ਮੀਂਹ ਪੈਣ ਕਰਕੇ ਮਿੱਟੀ ਆਉਣ ਲੱਗ ਗਈ ਦੁਬਾਰਾ ਆਲੂ ਨੂੰ, ਵੱਟਾਂ ਨੂੰ ਸਲਾਬ ਜੀ ਚੜ੍ਹ ਗਈ ਮੀਂਹ ਕਰਕੇ। ਦੇਖੋ ਆਲੂ ਪੂਰਾ ਵਧੀਆ ਪਿਆ ਨਾ, ਅਤੇ ਰਹਿ ਗਏ 5-4 ਗੇੜੇ ਇੱਧਰ ਪੱਟਣ ਤੋਂ, ਫਿਰ ਉਹ ਪਰਲਾ ਖੇਤ ਪੱਟਣਾ ਹੈਗਾ 3 ਕੁ ਬਿੱਘੇ ਦਾ, 2-2.5-3 ਕੁ ਬਿੱਘੇ ਦਾ। ਬਾਕੀ ਫਿਰ ਇੱਧਰਲਾ ਲੰਬਾ ਪਲਾਟ ਹੈ 7 ਕਿੱਲਿਆਂ ਦਾ, ਫਿਰ ਇਹ ਪੱਟਾਂਗੇ। ਬਾਕੀ ਦੂਏ ਖੇਤਾਂ 'ਚ ਜਿਹੜੇ ਵਿਹਲੇ ਨੇ ਉੱਧਰ ਵਾਹੀ ਕਰਕੇ ਚਗਾਈ ਚਗੂਈ ਕਰਾ ਕੇ ਫਿਰ ਉੱਧਰ ਮੱਕੀ ਦੀ ਤਿਆਰੀ ਕਰਦੇ ਹਾਂ, ਮੀਂਹ ਕਰਕੇ ਰੋਗੇ ਦੀ। ਬਾਕੀ ਹਲੇ ਪਰਸੋਂ ਨੂੰ ਵੀ ਦਿਖਾਉਂਦਾ ਮੀਂਹ ਮਾੜਾ ਮੋਟਾ, ਦੇਖੋ ਜਾਂ ਪਊਗਾ ਜਾਂ ਨਹੀਂ। ਬਾਕੀ ਰੇਟ ਆਲੂ ਦਾ ਤੁਹਾਨੂੰ ਦੱਸਦੇ ਹਾਂ, ਵੀਡੀਓ ਨਾਲ ਬਣੇ ਰਹੋ। ਬਾਕੀ ਉਹ ਗੇੜੇ ਪੜ ਦਈਏ ਜਿਹੜੇ ਹੈਗੇ ਨੇ 5-4 ਕੁ। ਬੇਲ ਬਹੁਤ ਜ਼ਿਆਦਾ ਫਸਦੀ ਆ, ਬੇਲ ਵੱਢੀ ਨਹੀਂ ਹੋਈ ਹੈ, ਬੇਲ ਇੱਕ ਨੇ ਸੁੱਟ ਗਈ ਸੀ ਬਲੈਟ ਨਾਲ, ਬੇਲ ਜ਼ਿਆਦਾ ਫਸਦੇ ਆ ਮਸ਼ੀਨ 'ਚ। ਬਾਕੀ
ਕਿਉਂਕਿ ਗਿੱਲੇ ਕਰਕੇ ਮਿੱਟੀ ਬਹੁਤ ਜ਼ਿਆਦਾ ਆਉਂਦੀ ਆ। ਵਧੀਆ ਹੈ ਚੱਲਦਾ 843 4x4 ਬਾਕੀ ਦੱਸਦੇ ਹਾਂ ਰੇਟ ਐਲ ਆਰ ਦਾ 6 ਰੁਪਏ ਤੋਂ ਲੈ ਕੇ 75 ਰੁਪਏ ਤੱਕ ਦੜਾ ਚੱਲਦਾ ਹੈ 30 mm ਤੋਂ ਕੱਢ ਕੇ। ਬਾਕੀ ਸ਼ਾਂਟੀ ਮਾਲ ਚੱਲਦਾ 40 mm ਤੋਂ 8 ਰੁਪਏ ਤੋਂ ਲੈ ਕੇ 8.5 ਰੁਪਏ ਤੱਕ। ਬਾਕੀ ਸੈਂਪਲ ਪਾਸ ਦਾ ਰੇਟ ਲੈਦਾ ਹੈ, ਬਾਕੀ ਆਲੂ ਦੀ ਕੁਆਲਿਟੀ ਦੇ ਹਿਸਾਬ ਨਾਲ ਰੇਟ ਆ ਰੋਜ਼ ਦਾ। ਇਹ ਸਾਰਾ ਆਪਣਾ ਕਨੈਕਟ ਵਾਲਾ ਹੈ, ਇਹ 8 ਰੁਪਏ ਕਨੈਕਟ ਕਰਿਆ ਹੋਇਆ ਜਿਹੜਾ ਆਪਾਂ ਪੱਟ ਰਹੇ ਹਾਂ ਕੰਪਨੀ ਨਾਲ। ਅਤੇ ਖੁੱਲ੍ਹਾ ਦੀ ਆਪਣੇ ਕੋਲ 10-12 ਕਿੱਲੇ ਦੀ, ਉਹ ਆਪਾਂ ਪੱਟਤਾ ਸੀ ਪਹਿਲਾਂ ਦਸੰਬਰ 'ਚ। ਬਾਕੀ ਆਲੂ ਦਾ ਵੀ ਨਿਕਾਲ ਠੀਕ ਆ, ਲਾਤੇ ਆਪਾਂ 4 ਗੇੜੇ ਲਾਤੇ ਚੁਗਦੇ ਨੇ। ਬਾਕੀ ਫਿਰ ਆ ਖੇਤ ਦੀਆਂ ਸਾਈਡਾਂ ਬਣਾਉਂਦੇ ਹਾਂ, ਸਾਈਡਾਂ ਬਣਾ ਕੇ ਫਿਰ ਆਹ ਖੇਤ ਵੀ ਪੱਟਿਆ ਜਾਊਗਾ ਅੱਜ। ਜੀ ਮਿਸਤਰੀ ਦੇ ਸੌਂਟੀ ਲੈ ਕੇ ਹੈਰੋਂ, ਆਪਣੀ ਦਾਦਾ ਸੀ ਹੈਰੋਂ ਟਪੈਲ ਵਾਲਿਆਂ ਦੀ ਮਨੇਜਰ ਦੁੱਗਰੀ ਤੋਂ, ਅਤੇ ਇਹਦਾ ਹਿੱਸਾ ਪਿੰਗਾ ਹੋ ਗਿਆ ਦੀ, ਜਿਹੜੀ ਆਹ ਚੀਜ਼ ਆ ਹਿੱਸੇ ਦੀ ਪੱਤੀ ਇਹ ਬਿੰਗੀ ਹੋ ਗਈ ਤੀ, ਅਤੇ ਬਾਕੀ ਖੋਲ੍ਹੀ ਹੋਈ ਆ ਪੱਤੀ, ਪ੍ਰੈੱਸ 'ਤੇ ਸਿੱਧੀ ਕਰਾਈ ਆ ਫੋਰਮੈਨ ਤੋਂ ਕਿ ਲੱਗਦਾ ਕਰਦੀ ਲੱਗਦਾ ਫੋਰਮੈਨ ਲੱਗਿਆ ਹੋਇਆ ਫੋਰਮੈਨ ਕਰਨ ਸੈਟਿੰਗ ਪੱਤੀ ਵੀ ਕਸਾਉਣੇ ਆ ਖੇਤ ਤਿਆਰ ਕਰਨਾ ਨੇ ਮੱਕੀ ਵਾਲੇ, ਅਤੇ ਆਲੂ ਦੀ ਪਟਾਈ ਪੁੱਤਰ ਚੱਲਦੀ ਆ ਆਪਣੇ ਵੀ ਨਾਲ ਹੁੰਦੇ ਖੇਤ ਤਿਆਰ ਕਰਕੇ ਮੱਕੀ ਦੀ ਬਿਜਾਈ ਕਰੀਏ, ਕਰਾ ਕੇ ਫਿੱਟ ਫਿਰ ਲੈ ਕੇ ਚੱਲਦੇ ਹਾਂ ਖੇਤ ਨੂੰ ਵਾਹੁੰਦੇ ਹਾਂ। ਬਾਕੀ ਇਹ ਟਾਈਮ ਬਚਿਆ ਉਹ ਹਿਸਾਬ ਨਾਲ ਕਰਾ ਲਈ ਜੀ ਹੈਰੋ ਆਪਾਂ ਲੋਡ, ਦੇਖਦੇ ਹਾਂ ਵਾਹੀ ਕਰਕੇ ਆਉਣੀ ਆ 7 ਕਿੱਲਿਆਂ ਦੀ, ਟਾਈਮ ਬਚਿਆ ਪਿੰਡ ਜਾ ਕੇ ਫਿਰ ਜਾਵਾਂਗੇ, ਨਹੀਂ ਫਿਰ ਕੱਲ੍ਹ ਨੂੰ ਦੇਖਾਂਗੇ। ਹੈਰੋ ਦਾ ਕੰਮ ਜਿਹੜਾ ਕਰਾਉਣਾ ਸੀ ਉਹ ਆਪਾਂ ਹੋ ਗਿਆ, ਆਪਣਾ ਹਿੱਸੇ ਦਾ ਕੰਮ ਸੀ ਦਾਦਾ ਸੀ ਹੈਰੋ। ਆਪਾਂ ਗਰੇ ਤੋਂ ਤਰਪਾਲ, ਮਾੜੀ ਕੁ ਧੁੱਪਾਂ ਹਵਾ ਲੱਗ ਜੂਗੀ, ਫਿਰ ਸ਼ਾਮ ਨੂੰ ਪਰਾਲੀ ਪਾਉਂਦੇ ਹਾਂ ਉੱਪਰ। ਬਾਕੀ ਜਿੱਦਣ ਦਾ ਲਵਾਇਆ ਆਪਾਂ ਗਰਾ ਤਰਪਾਲ ਏ ਪਾਈ ਹੋਈ ਤੀ ਉੱਪਰ, ਅਤੇ ਮੀਂਹ ਕਰਕੇ ਪੱਟਾਂ ਪੁੱਟਾਂ ਵੀ ਨਹੀਂ ਸਾਈਡਾਂ 'ਤੇ ਲੱਗੀਆਂ, ਥੋੜ੍ਹੇ ਜਿਹੇ ਕੰਮ ਕਾਰ 'ਚ ਅਲਝੇ ਹੋਏ ਤੀ। ਅਤੇ ਬਾਕੀ ਆਲੂ ਵਧੀਆ ਪੂਰਾ ਦੇਖੋ ਕਰੋ ਚੈੱਕ ਸਾਇਜ਼ ਸੂਜ ਕਿਵੇਂ ਆ, ਦੇਖੋ ਸੋਨਾ ਹੀ ਆ ਅੱਜ ਦੇ ਭਾਅ ਅੱਜ ਦੇ ਟਾਈਮ 'ਚ ਇਹ ਆਲੂ।
ਰੇਟ ਵਧੀਆ ਇਹਦਾ, ਆਪਾਂ ਖਰੀਦਿਆ ਇਹ, ਖਰੀਦ ਕੇ ਘਰੇ 'ਚ ਲਾ ਕੇ ਫਿਰ ਜਾਂ ਗਰੇਟਰ ਚੱਲਣਗੇ ਸਟੋਰ ਟਾਈਮ, ਫਿਰ ਇਹਦਾ ਕਰਾਂਗੇ ਕੁਛ। ਬਾਕੀ ਫੋਨ ਆ ਪਰਾਲੀ, ਲੇਬਰ ਉੱਧਰ ਲੱਗੀ ਹੋਈ ਆ ਪਟਾਈ ਕਰਨ, ਉੱਧਰੋਂ ਲੈ ਕੇ ਪੰਜ ਚਾਰ ਬੰਦਿਆਂ ਨੂੰ ਕੁਛ ਪਰਾਲੀ 'ਚ ਲਿਆ ਕੇ ਪਰਾਲੀ ਅਤੇ ਦਬਾਉਂਦੇ ਹਾਂ। ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅੱਗੇ ਸ਼ੇਅਰ ਕਰੋ।